ਲੁਧਿਆਣਾ ਟਾਈਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਸ਼ਕਾ। ਪੰਜਾਬ ਦੇ ਨੌਜਵਾਨ ਨੇ ਨਾਂ ਰੋਸ਼ਨ ਕੀਤਾ ਹੈ, ਵਿਦੇਸ਼ ਦੇ ਵਿੱਚ ਜਾ ਕੇ ਖੇਡਾਂ ਦੇ ਵਿੱਚ ਗੋਲਡ ਮੈਡਲ ਜਿੱਤਿਆ ਹੈ। ਦੱਖਣੀ ਅਫਰੀਕਾ ਦੇ ਵਿੱਚ ਹੋਈ ਖੇਡਾਂ ਦੇ ਵਿੱਚ 18 ਸਾਲਾ ਗੁਰਕਮਲਦੀਪ ਸਿੰਘ ਨੇ ਪਾਵਰ ਲਿਫਟਿੰਗ ਦੇ ਵਿੱਚ ਗੋਲਡ ਮੈਡਲ ਜਿੱਤਿਆ ਹੈ। ਤਾਂ ਜਦੋਂ ਘਰ ਵਾਪਸ ਪਹੁੰਚਦਾ ਹੈ, ਪਿੰਡ ਪਹੁੰਚਦਾ ਹੈ, ਤਾਂ ਕਿਸ ਤਰ੍ਹਾਂ ਲੋਕਾਂ ਦੇ ਵੱਲੋਂ ਹਾਰ ਪਾ ਕੇ ਉਸਦਾ ਸਵਾਗਤ ਕੀਤਾ ਗਿਆ, ਜਸ਼ਨ ਵਰਗਾ ਮਾਹੌਲ ਜਿਹੜਾ ਕਿ ਘਰੇ ਹੈ, ਪਰ ਕਿਸ ਤਰ੍ਹਾਂ ਜਿਹੜਾ ਕਿ ਇਸ ਅਜਨਾਲਾ ਦੇ ਪਿੰਡ ਚਮਿਆਰੀ ਪਿੰਡ ਦਾ ਇਸ ਨੌਜਵਾਨ ਨੇ ਕਿਸ ਤਰ੍ਹਾਂ ਆਪਣੇ ਪਿੰਡ ਦਾ, ਪੰਜਾਬ ਦਾ ਤੇ ਪੂਰੇ ਇੰਡੀਆ ਦਾ ਜਿਹੜਾ ਨਾਂ ਰੋਸ਼ਨ ਕੀਤਾ। ਮੇਰਾ ਨਾਮ ਹੈਗਾ ਗੁਰਕਮਲਦੀਪ ਸਿੰਘ, ਮੇਰੀ ਏਜ ਹੈਗੀ 18। ਮੈਂ ਸਾਊਥ ਅਫਰੀਕਾ ਖੇਡ ਕੇ ਆਇਆ, ਆਰਨੋਲਡ ਕਲਾਸੀ ਖੇਡਿਆ, ਪਾਵਰ ਲਿਫਟਿੰਗ ਕੀਤੀ। ਹਾਂਜੀ, ਕਿਹੜਾ ਮੈਡਲ ਜਿੱਤ ਕੇ? ਗੋਲਡ ਮੈਡਲ। ਕਿੰਨੀ ਕੁ ਖੁਸ਼ੀ ਹੋਣੀ? ਬਹੁਤ ਖੁਸ਼ੀ ਹੋਣੀ। ਕਿੱਦਾਂ ਦਾ ਉੱਥੇ ਐਕਸਪੀਰੀਅੰਸ ਰਿਹਾ? ਉੱਥੇ ਕਿੰਨਾ ਟਫ ਸੀ ਗੇਮ? ਗੇਮ ਟਫ ਹੈਗੀ ਥੋੜ੍ਹੀ ਜਿਹੀ, ਚਲੋ ਡਰ ਜਿਹਾ ਥੋੜ੍ਹਾ ਲੱਗਦਾ ਸੀ, ਚਲੋ ਕੋਈ ਗੱਲ ਨਹੀਂ, ਬਾਬੇ ਦਾ ਨਾਂ ਲਿਆ, ਚਲੋ ਕੋਈ ਗੱਲ ਨਹੀਂ, ਜਿੱਤਾਂ ਹੈ। ਕਿਹੜੀ ਕਿਹੜੀ ਟੀਮ ਦੇ ਨਾਲ ਤੁਹਾਡੀ ਹੈਗੀ? ਸਾਡੀ ਟੀਮ ਹੈਗੀ ਜੇ ਹਰਵਿੰਦਰ ਸਰੀਨਾ ਭਾਅ ਜੀ ਹੋਣਾ ਖੜਿਆ, ਪਾਵਰ ਲਿਫਟਿੰਗ ਕੀਤੀ। ਹਾਂਜੀ, ਟੋਟਲ ਕਿੰਨੀਆਂ ਦੇਸ਼ਾਂ ਦੀਆਂ ਉੱਥੇ ਗੇਮਾਂ ਸੀ ਜਿਹਨਾਂ ਵਿੱਚ ਗੋਲਡ ਮੈਡਲ ਲੱਗਿਆ ਜੀ? ਗੇਮਾਂ ਉੱਥੇ ਭਾਅ ਜੀ ਹੈਗੀਆਂ ਸੀ 20-30 ਹੈਗੇ, ਜਿਹੜੇ ਦੇਸ਼ ਆਏ ਨੇ ਬਾਹਰ ਦੇ ਜਿੰਨੇ ਵੀ। ਹਾਂਜੀ ਹਾਂਜੀ। ਤੁਹਾਡੀ ਗੇਮ ਕਿਹਦੇ ਨਾਲ ਸੀ? ਮੇਰੀ ਗੇਮ ਹੈਗੀ ਸੀ ਕੈਨੇਡਾ ਦੇ ਦੋ ਕੁੜੀਆਂ ਸੀ ਤੇ 4 ਮੁੰਡੇ। ਹਾਂਜੀ, ਤੇ ਸਾਊਥ ਅਫਰੀਕਾ। ਕਿੰਨੀ ਖੁਸ਼ੀ ਹੋਈ ਅੱਜ ਗੋਲਡ ਨਾਲ? ਬਹੁਤ ਖੁਸ਼ੀ ਹੋਈ। ਕੀ ਕਹਿਣਾ ਚਾਹੁੰਦੇ ਹੋ, ਤਿਆਰ ਕੀਤਾ ਤੁਹਾਨੂੰ ਤੁਹਾਡੇ ਕੋਚ ਨੇ? ਮੈਂ ਤਾਂ ਇਹੋ ਕਹਿਣਾ ਚਾਹੁੰਦਾ ਵੀ ਜਿਹੜੇ ਸਾਡੇ ਜਿਹੜੇ ਹੁਣ ਨੌਜਵਾਨ ਪੀੜ੍ਹੀ ਹੈ ਜਿਹੜੀ, ਉਹ ਮੈਂ ਤਾਂ ਇਹੋ ਕਹਿਣਾ, ਨਸ਼ਿਆਂ ਛੱਡ ਕੇ ਤੇ ਇੱਧਰ ਵਾਹੁਣ, ਗੇਮ ਵੱਲ ਲਾਉਣ ਤੇ ਗੇਮ ਨਾਲ ਜੁੜਨ। ਮੇਰੀ ਤਾਂ ਇਹੋ ਉਹਨਾਂ ਨੂੰ ਸਲਾਹ ਜਿਹੜੀ। ਅਗਲੀ ਤਿਆਰੀ ਕੀ ਕਰ ਰਹੇ ਹੋ? ਅਗਲੀ ਤਿਆਰੀ ਇਹ ਵੀ ਸਪੇਨ ਦੀ ਤਿਆਰੀ ਕਰਨੇ ਆ, ਨੈਕਸਟ ਮੈਚ ਜਿਹੜਾ ਆਉਂਦਾ। ਬੇਟੇ ਦਾ ਨਾਂ ਕੀ ਕਹਿਣਾ ਚਾਹੁੰਦੇ? ਮੇਰਾ ਨਾਂ ਕੁਲਦੀਪ ਸਿੰਘ ਹੈ ਜੀ। ਹਾਂਜੀ, ਬੇਟੇ ਦਾ ਨਾਂ ਗੁਰਕਮਲਦੀਪ ਸਿੰਘ ਹੈ। ਹਾਂਜੀ, ਮੈਨੂੰ ਬੜੀ ਖੁਸ਼ੀ ਹੋਈ ਹੈ ਵੀ ਗੋਲਡ ਮੈਡਲ ਜਿੱਤ ਕੇ ਲਿਆ ਸਾਊਥ ਅਫਰੀਕਾ ਚੋਂ। ਕਿਹੜੀ ਗੇਮ ਖੇਡ ਕੇ ਆਏ? ਇਹ ਪਾਵਰ ਲਿਫਟਿੰਗ। ਕਿੰਨੀ ਖੁਸ਼ੀ ਆ ਜਦੋਂ ਕੋਈ? ਬਹੁਤ ਜ਼ਿਆਦਾ ਖੁਸ਼ੀ ਹੈ ਜੀ, ਲੋਕ ਵਧਾਈਆਂ ਦਿੰਦੇ ਨੇ। ਹਾਂਜੀ, ਕਿੰਨਾ ਕੁ ਮਾਣ ਮਹਿਸੂਸ ਹੋ ਰਿਹਾ? ਮਾਣ ਬਹੁਤ ਮਹਿਸੂਸ ਹੋ ਰਿਹਾ ਜੀ, ਛੋਟੀ ਉਮਰ 'ਚ ਗੇਮ ਖੇਡ ਕੇ ਆਇਆ। ਬਾਕੀ ਸਰਕਾਰਾਂ ਨੂੰ ਚਾਹੀਦਾ ਵੀ ਇਹਨਾਂ ਬੱਚਿਆਂ ਨੂੰ, ਜਿਹੜੇ ਗਰੀਬ ਘਰਾਂ ਦੇ ਬੱਚੇ ਨੇ, ਇਹਨਾਂ ਨੂੰ ਚੁੱਕਣਾ ਚਾਹੀਦਾ, ਤਾਂ ਕੋਈ ਸਰਕਾਰ ਨੂੰ ਬੈਨੀਫਿਟ ਦੇਣੇ ਚਾਹੀਦੇ ਨੇ, ਕੋਈ ਨੌਕਰੀਆਂ ਜੇ ਦੇਣ, ਚਾਹੇ ਉਹ ਕਾਹੇ ਹੋਰ ਚੀਜ਼ਾਂ ਹੀ ਦੇਣ। ਬਾਕੀ ਅਸੀਂ ਚਾਹੁੰਦੇ ਹਾਂ ਵੀ ਹਰ ਇੱਕ ਦਾ ਬੱਚਾ ਤਰੱਕੀ ਕਰੇ, ਤਾਂ ਸਾਨੂੰ ਬੜਾ ਮਾਣ ਮਹਿਸੂਸ ਆ। ਹਰਜੀਤ ਸਿੰਘ ਗਾਉਣਪੁਰਾ ਜਿਹੜਾ ਹੈ, ਇਹਨੇ ਮੈਨੂੰ ਆਪਣਾ ਤਰੱਕੀ ਦਵਾਈ ਹੈ, ਇਹਨੇ 2-2.5 ਮਹੀਨੇ ਹੀ ਤਿਆਰ ਕੀਤਾ ਇਹਨੇ, ਅਤੇ ਮੋਗੇ ਵਾਲੇ ਭਾਅ ਜੀ ਹੋਣਾ ਇਹਨੂੰ ਬਾਹਰ ਖੜਿਆ ਅਤੇ ਉਹਨਾਂ ਉੱਥੋਂ ਜਿੱਤ ਕੇ ਲਿਆ ਹੈ। ਨੌਜਵਾਨਾਂ ਨੂੰ, ਹੋਰਨਾਂ ਨੂੰ ਕੀ ਅਪੀਲ ਕਰਨਾ? ਉਹ ਇਹ ਵੀ ਨਸ਼ੇ ਛੱਡ ਕੇ ਅਤੇ ਆਪਣਾ ਗੇਮਾਂ ਵੱਲ ਧਿਆਨ ਦੇਣ, ਖੇਡਣ ਵੱਲ ਧਿਆਨ ਦੇਣ, ਇਹਨਾਂ 'ਚ ਰੁਚੀ ਵਧਾਉਣ ਆਪਣੇ। ਜੇ ਬੱਚਾ ਵੱਧਦਾ ਹੈਗਾ ਹੋਰ ਦੇਸ਼ਾਂ 'ਚ ਵੱਡੀਆਂ ਮੱਲਾਂ ਮਾਰ ਲਈ ਕਰਦੇ, ਸਾਥ ਦਓਗੇ ਪੂਰਾ ਦੇਣ ਦਾ? ਹਾਂ, ਪੂਰਾ ਪੂਰਾ ਸਾਥ ਦੇਵਾਂਗਾ, ਮਹਾਰਾਜ ਕਿਰਪਾ ਕਰੇ, ਗੁਰੂ ਰਾਮਦਾਸ। ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਂ ਜੀ ਹਰਜੀਤ ਸਿੰਘ ਕਾਮਣਪੁਰਾ, ਇਹ ਮੇਰਾ ਸਟੂਡੈਂਟ ਹੈ ਜੀ ਗੁਰਕਮਲਦੀਪ ਸਿੰਘ ਚਮਿਆਰੀ ਤੋਂ, ਇਹ ਪਾਵਰ ਲਿਫਟਿੰਗ ਕਰਦਾ ਜੀ, ਅਤੇ ਸਾਊਥ ਅਫਰੀਕਾ ਦੇ ਵਿੱਚੋਂ ਇਹ ਪਾਵਰ ਲਿਫਟਿੰਗ ਜੋ ਗੋਲਡ ਲੈ ਕੇ ਆਇਆ ਜੀ। ਪਾਵਰ ਲਿਫਟਿੰਗ ਦੇ ਵਿੱਚ 3 ਯੂਨਿਟ ਹੁੰਦੇ, ਇੱਕ ਸਕੈਟ, ਇੱਕ ਬੈਂਚ ਪ੍ਰੈਸ, ਇੱਕ ਡੈਡ ਲਿਫਟ, ਇਹ ਸਭ ਜੂਨੀਅਰ ਦੇ ਵਿੱਚੋਂ ਜਿਹੜਾ ਗੋਲਡ ਲੈ ਕੇ ਆਇਆ। ਹਾਂਜੀ, ਇਹ ਬੱਚਾ ਜੀ ਥੋੜ੍ਹਾ ਚਿਰ 2-3 ਮਹੀਨੇ ਹੋਏ ਮੇਰੇ ਕੋਲ ਪ੍ਰੈਕਟਿਸ ਕਰਦੇ ਨੂੰ, ਅਤੇ ਇਹਦੀ ਗੇਮ ਬਹੁਤ ਵਧੀਆ ਸੀ, ਜਲਦੀ ਤੁਰ ਪਿਆ ਗੇਮ ਦੇ ਵਿੱਚ, ਅਤੇ ਬਾਕੀ ਮਾਲਕ ਦੀ ਕਿਰਪਾ ਇਹਦੇ ਉੱਤੇ। ਅਤੇ ਐਰਕਾ ਸਾਊਥ ਅਫਰੀਕਾ 'ਚ ਗਿਆ ਆ, ਗਾਂਹ ਇਹਦੀ ਸਿਲੈਕਸ਼ਨ ਜਿਹੜੀ ਹੋਰ ਵੀ ਦੇਸ਼ ਦੇ ਵਿੱਚ ਹੋਏਗੀ। ਲੱਗਦਾ ਵਾ
ਕਿੰਨੀ ਮਿਹਨਤ ਇਹਦੀ ਰਹੀ ਅਤੇ ਕਿੰਨੀ ਖੁਸ਼ੀ ਆ ਤੁਹਾਡਾ ਤਿਆਰ ਕੀਤਾ ਬੱਚਾ ਗੋਲਡ? ਹਾਂਜੀ ਮਿਹਨਤ ਵੀ ਕਰਦਾ ਪੂਰੀ, ਖੁਸ਼ੀ ਵੀ ਪੂਰੀ ਪੂਰੀ ਆ ਜੀ, ਕਿਉਂ ਗੋਲਡ ਲੈ ਗਿਆ, ਗੋਲਡ ਜਿਸ ਤਰ੍ਹਾਂ ਤੁਹਾਨੂੰ ਪਤਾ ਸੌਖੀ ਮੋਟੀ ਗੱਲ ਨਹੀਂ ਆ, ਅਤੇ ਛੋਟੀ ਉਮਰ ਦੇ ਵਿੱਚ ਸਭ ਜੂਨੀਅਰ ਦੇ ਵਿੱਚ ਲੈ ਗਿਆ ਜੀ। ਸਭ ਤੋਂ ਧੰਨਵਾਦ ਕਰਦੇ ਹਾਂ ਹਰਵਿੰਦਰ ਸਿੰਘ ਸਲੀਨਾ ਜਿੰਨੇ ਉਹਨੇ ਖੜਿਆ ਮੋਗੇ ਨੇ ਮੋਗੇ ਤੋਂ, ਅਤੇ ਉਹਨਾਂ ਦੀ ਬਦੌਲਤ 'ਤੇ ਕੰਮ ਹੋਇਆ ਜੀ। ਸਰਕਾਰ ਦੀ ਕਿੰਨੀ ਸਪੋਰਟ ਚਾਹੀਦੀ ਹੈ? ਸਰਕਾਰ ਦੀ ਸਪੋਰਟ ਤਾਂ ਪਲੇਅਰਾਂ ਨੂੰ ਚਾਹੀਦੀ ਪੂਰੀ ਜੀ। ਜਿੱਦਾਂ ਮੰਨ ਲਓ ਹੁਣ ਗਰੀਬ ਘਰਾਂ ਦੇ ਵਿੱਚੋਂ ਇਹ ਵੀ ਵਿਚਾਰਾ ਮਹਾਤੜ ਪਰਿਵਾਰ ਆ, ਅਤੇ ਇਹਦੀ ਸਪੋਰਟ ਕਰਨੀ ਚਾਹੀਦੀ। ਹੁਣ ਖਰਚਾ ਲਾ ਕੇ ਗਿਆ ਆਪ, ਅਤੇ ਚਾਹੀਦਾ ਪਰ ਸਰਕਾਰ ਨੂੰ ਹੀ ਖਰਚਾ ਜਿਹੜਾ ਇਹ ਲਾ ਗਿਆ, ਪਰ ਗਾਂ ਵਾਸਤੇ ਅਸੀਂ ਚਾਹੁੰਦੇ ਹਾਂ ਵੀ ਸਰਕਾਰ ਖਰਚਾ ਲਾਵੇ ਜੋ ਬਾਹਰ ਦੇਸ਼ ਜਾਵੇ। ਅੱਗੇ ਕਿਹੜੀ ਗੇਮ ਤਿਆਰੀ ਕਰ ਰਹੇ ਹੋ? ਅੱਗੇ ਜੀ ਹੁਣ ਫਿਰ ਆਰਨੋਲਡ ਕਲਾਸਿਸ ਹੋਣਾ ਜੀ ਸਪੇਨ ਦੇ ਵਿੱਚ, ਉਹਦੀ ਤਿਆਰੀ ਕਰ ਰਿਹਾ। ਹਾਂਜੀ।